ਮੇਰੇ ਵੱਲੋਂ ਇਸ ਵੀਡੀਓ ਨੂੰ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬੱਚਿਓ ਮੈਂ ਤੁਹਾਨੂੰ ਇੱਕ ਲੜਕੇ ਤੇ ਡਰਮ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਇੱਕ ਸ਼ਹਿਰ ਵਿੱਚ ਇੱਕ ਬਹੁਤ ਹੀ ਗਰੀਬ ਔਰਤ ਆਪਣੇ ਇੱਕ ਬੇਟੇ ਨਾਲ ਰਹਿੰਦੀ ਸੀ ਉਸ ਦਾ ਬੇਟਾ ਤਾਂ ਬਹੁਤ ਹੀ ਚੰਗਾ ਸੀ ਉਹ ਆਪਣੀ ਮਾਂ ਦੇ ਨਾਲ ਹਰ ਕੰਮ ਵਿੱਚ ਮਦਦ ਕਰਦਾ ਦੋਨੋਂ ਹੀ ਬਹੁਤ ਪਿਆਰ ਨਾਲ ਰਹਿੰਦੇ ਸੀ ਬੇਟੇ ਨੇ ਕਦੀ ਆਪਣੀ ਮੰਮੀ ਨੂੰ ਸ਼ਿਕਾਇਤ ਨਹੀਂ ਕੀਤੀ ਕਿ ਉਸਦੇ ਕੱਪੜੇ ਫਟੇ ਹੋਏ ਹਨ ਜਾਂ ਉਸਦੇ ਕੋਲ ਘੱਟ ਖਿਡੌਣੇ ਹਨ ਪਰ ਉਸਦੇ ਦਿਲ ਦੀ ਇੱਕੋ ਇੱਕ ਖਾਹਸ਼ ਸੀ ਕਿ ਉਹਦੇ ਕੋਲ ਇੱਕ ਟਵਾਏ ਹੋਣਾ ਚਾਹੀਦਾ ਜਿਹੜਾ ਕਿ ਡਰਮ ਹੋਵੇ ਉਹਨੂੰ ਡਰਮ ਵਜਾਉਣਾ ਬਹੁਤ ਹੀ ਚੰਗਾ ਲੱਗਦਾ ਸੀ ਇੱਕ ਦਿਨ ਉਸਦੀ ਮਾਂ ਨੇ ਆਪਣੇ ਬੇਟੇ ਨੂੰ ਪੁੱਛਿਆ ਕਿ ਉਹ ਮਾਰਕੀਟ ਜਾ ਰਹੀ ਹੈ ਤੇ ਜੇ ਤੈਨੂੰ ਕੁਝ ਚਾਹੀਦਾ ਹੋਵੇ ਤਾਂ ਦੱਸ ਦੇ ਤੇ ਜੇਕਰ ਉਹ ਲੈ ਸਕਦੇ ਹੋਏ ਜਾਂ ਪੈਸੇ ਜ਼ਿਆਦਾ ਬਚ ਗਏ ਬਾਕੀ ਚੀਜ਼ਾਂ ਚੋਂ ਤਾਂ ਜ਼ਰੂਰ ਲੈ ਕੇ ਆਵੇਗੀ ਉਸ ਦਾ ਬੇਟਾ ਕੁਝ ਦੇਰ ਤੱਕ ਚੁੱਪ ਰਿਹਾ ਪਰ ਫਿਰ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਤਾਂ ਸਿਰਫ ਡਰਮ ਹੀ ਲੈਣਾ ਚਾਹੁੰਦਾ ਹੈ ਹੋਰ ਕੁਝ ਨਹੀਂ ਤੇ ਨਾਲੇ ਉਹਨੇ ਇਹ ਵੀ ਕਹਿ ਦਿੱਤਾ ਕਿ ਮਾਂ ਮੈਨੂੰ ਪਤਾ ਹੈ ਤੁਸੀਂ ਡਰਮ ਨਹੀਂ ਖਰੀਦ ਸਕਦੇ ਕਿਉਂਕਿ ਉਹ ਬਹੁਤ ਮਹਿੰਗਾ ਆਉਂਦਾ ਹੈ ਮੈਂ ਤੁਹਾਨੂੰ ਸਿਰਫ ਆਪਣੀ ਬੇਸ਼ ਦੱਸੀ ਹੈ ਕਿ ਇਹ ਕਦੀ ਵੀ ਮੈਂ ਪੂਰੀ ਕਰਾਂਗਾ ਉਸ ਦੀ ਮਾਫਿਰ ਮਾਰਕਟ ਚਲੇ ਜਾਂਦੀ ਆ ਕਾਫੀ ਕੋਸ਼ਿਸ਼ ਕੀਤੀ ਕਿ ਕਿਤੋਂ ਕਾਫੀ ਸਸਤਾ ਡਰਮ ਮਿਲ ਜਾਵੇ ਪਰ ਨਹੀਂ ਮਿਲਿਆ ਬਹੁਤ ਉਦਾਸ ਹੋ ਗਈ ਤੇ ਆਪਣੇ ਆਪ ਹੀ ਇਕੱਲੀ ਤੁਰ ਜਾਂਦੀ ਰੋਈ ਜਾਂਦੀ ਸੀ ਤੁਰਦਿਆਂ ਤੁਰਦਿਆਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਅਚਾਨਕ ਉਹ ਇੱਕ ਅਜਨਬੀ ਵਿਅਕਤੀ ਦੇ ਉੱਪਰ ਡਿਗਣ ਵਾਲੀ ਸੀ ਜੋ ਕਿ ਸੜਕ ਦੇ ਕਿਨਾਰੇ ਤੇ ਬੈਠਾ ਹੋਇਆ ਸੀ ਉਹ ਅਜੀਬ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਕਿਉਂ ਰੋ ਰਹੇ ਹੋ ਤਾਂ ਉਸਨੇ ਆਪਣੇ ਬੇਟੇ ਦੀ ਵਿਸ਼ ਬਾਰੇ ਦੱਸਿਆ ਉਹ ਕਹਿਣ ਲੱਗੀ ਕਿ ਉਸ ਨੂੰ ਇਹ ਵੇਸ਼ ਜਿਹੜੀ ਹੈ ਨਾ ਉਹਨੂੰ ਪੂਰੀ ਨਹੀਂ ਕਰ ਸਕਦੇ ਇਸੇ ਲਈ ਉਦਾਸ ਹੈ ਕਿ ਜ਼ਰੂਰ ਵੀ ਲੱਗ ਪਈ ਹੈ ਇਹ ਸੁਣ ਕੇ ਉਸ ਵਿਅਕਤੀ ਨੇ ਇੱਕ ਲੱਕੜ ਦੀ ਸੋਟੀ ਦਿੱਤੀ ਤੇ ਕਿਹਾ ਹਾਂ ਘਰ ਜਾ ਕੇ ਆਪਣੇ ਬੇਟੇ ਨੂੰ ਇਹ ਦੇ ਦੇਈ ਕਿਉਂਕਿ ਇਸ ਦੇ ਵਿੱਚ ਇੱਕ ਜਾਦੂਈ ਸ਼ਕਤੀ ਹੈ ਸ਼ਾਇਦ ਉਹ ਇਸ ਨੂੰ ਕਿਸੇ ਚੰਗੇ ਕੰਮ ਵਿੱਚ ਯੂਜ਼ ਕਰ ਸਕੇ ਉਹ ਔਰਤ ਨੇ ਘਰ ਜਾ ਕੇ ਆਪਣੇ ਬੇਟੇ ਨੂੰ ਉਹ ਸੋਟੀ ਦਿੱਤੀ ਤੇ ਸਾਰਾ ਕੁਝ ਦੱਸਿਆ ਕਿ ਜੋ ਉਸ ਵਿਅਕਤੀ ਨੇ ਉਸ ਜਾਦੂਈ ਸੋਟੀ ਬਾਰੇ ਦੱਸਿਆ ਸੀ ਅਗਲੇ ਦਿਨ ਬੇਟਾ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਜਾ ਰਿਹਾ ਸੀ ਤੇ ਉਸਨੇ ਜਾਂਦੇ-ਜਾਂਦੇ ਉਹ ਸੋਟੀ ਵੀ ਨਾਲ ਚੁੱਕ ਲਈ ਤੇ ਉਸਨੂੰ ਰਸਤੇ ਵਿੱਚ ਇੱਕ ਔਰਤ ਰੋਂਦੀ ਹੋਈ ਮਿਲੀ ਉਹ ਆਪਣੇ ਚੁੱਲ੍ਹੇ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਚਾਰੇ ਪਾਸੇ ਧੂਆਂ ਹੀ ਧੂਆਂ ਲੱਕੜੀਆਂ ਵੀ ਗਿੱਲੀਆਂ ਤੇ ਅੱਗ ਵੀ ਨਹੀਂ ਸੀ ਫੜ ਰਹੀਆਂ ਬੇਟੇ ਨੇ ਔਰਤ ਨੂੰ ਪੁੱਛਿਆ ਕਿ ਉਹ ਕਿਉਂ ਰੋ ਰਹੀ ਹੈ ਉਸਨੇ ਦੱਸਿਆ ਕਿ ਉਸਨੂੰ ਬਹੁਤ ਹੀ ਭੁੱਖ ਲੱਗੀ ਹੈ ਤੇ ਅੱਗ ਨਾ ਬਲਣ ਕਰਕੇ ਰੋਟੀ ਵੀ ਨਹੀਂ ਪਕਾ ਸਕਦੀ। ਬੇਟੇ ਨੇ ਸੁੱਟੀ ਵੱਲ ਦੇਖਿਆ ਤੇ ਉਹ ਸੁੱਟੀ ਉਹਨੇ ਉਸ ਔਰਤ ਨੂੰ ਦੇ ਦਿੱਤੀ ਤੇ ਕਿਹਾ ਕਿ ਮੇਰੀ ਮਾਂ ਨੇ ਇਹ ਕੱਲ ਜਾਦੂਈ ਸੁੱਟੀ ਲਿਆ ਕੇ ਮੈਨੂੰ ਦਿੱਤੀ ਹੈ। ਉਸ ਔਰਤ ਨੇ ਉਸ ਸੁੱਟੀ ਲਾ ਕੇ ਅੱਗ ਬਾਲਣ ਦੀ ਫਿਰ ਕੋਸ਼ਿਸ਼ ਕੀਤੀ ਤੇ ਅੱਗ ਸੱਚੀ ਬਲ ਪਈ। ਕਿਉਂਕਿ ਉਹਦੇ 'ਚ ਲੱਗਦਾ ਸੀ ਕਿ ਕੋਈ ਮੈਜਿਕ ਹੈ। ਉਸ ਔਰਤ ਨੇ ਬੇਟੇ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨੂੰ ਇੱਕ ਰੋਟੀ ਪਕਾ ਕੇ ਦੇ ਦਿੱਤੀ ਕਿ ਤੂੰ ਰਸਤੇ ਵਿੱਚ ਖਾ ਲੈ। ਬੇਟੇ ਨੇ ਰੋਟੀ ਚੁੱਕੀ ਤੇ ਅਜੇ ਥੋੜੀ ਜਿਹੀ ਦੂਰ ਗਿਆ ਸੀ ਕਿ ਅੱਗੇ ਜਾ ਕੇ ਦੇਖਿਆ ਕਿ ਇੱਕ ਉਹਨਾਂ ਦੀ ਪਿੰਡ ਦੀ ਔਰਤ ਮਿੱਟੀ ਦੇ ਭਾਂਡੇ ਜਿਹੜੀ ਬਣਾਉਂਦੀ ਹੈ ਉਹ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਬੈਠੀ ਸੀ ਤੇ ਬੱਚਾ ਉੱਚੀ ਉੱਚੀ ਰੋ ਰਿਹਾ ਸੀ ਪੁੱਛਣ ਤੇ ਪਤਾ ਲੱਗਿਆ ਕਿ ਬੱਚਾ ਤਾਂ ਬਹੁਤ ਹੀ ਭੁੱਖਾ ਹੈ ਉਸ ਦੀ ਮੰਮੀ ਕਹਿੰਦੀ ਕਿ ਉਹਦੇ ਕੋਲ ਤਾਂ ਕੁਝ ਖਾਣ ਲਈ ਹੈ ਨਹੀਂ ਸੋ ਇਹ ਤਾਂ ਰੋ ਰਿਹਾ ਹੈ ਬੇਟੇ ਨੇ ਫੇਰ ਆਪਣੇ ਹੱਥ ਵਿੱਚ ਰੋਟੀ ਫੜੀ ਦੇਖੀ ਤੇ ਫੇਰ ਉਸ ਔਰਤ ਨੂੰ ਦੇ ਦਿੱਤੀ ਤੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਖਵਾ ਦੇਵੇ। ਆਉਂਦ ਤਾਂ ਬਹੁਤ ਖੁਸ਼ ਹੋਈ। ਉਸ ਨੇ ਉਸ ਨੂੰ ਇੱਕ ਨਵਾਂ ਭਾਂਡਾ ਜੋ ਉਸ ਨੇ ਬਣਾਇਆ ਸੀ ਉਹਨੂੰ ਇੱਕ ਗਿਫਟ ਦੇ ਤੌਰ ਤੇ ਦੇ ਦਿੱਤਾ। ਬੇਟਾ ਉਹ ਭਾਂਡਾ ਲੈ ਕੇ ਖੇਤਾਂ ਵੱਲ ਤੁਰਨ ਲੱਗ ਗਿਆ। ਅਜੇ ਹੋਰ ਥੋੜੀ ਦੂਰ ਗਿਆ ਸੀ ਤਾਂ ਫੇਰ ਇੱਕਨੂੰ ਤੋਂ ਬਿੰਬਲੀਆ ਜੜਾ ਕੇ ਕੱਪੜੇ ਤੋਂ ਦਸੀ ਲੋਕਾਂ ਦੇ ਤੇ ਉਹ ਬਹੁਤ ਹੀ ਉਦਾਸ ਸੀ ਪੁੱਛਣ ਤੇ ਉਹਨੂੰ ਵੀ ਪਤਾ ਲੱਗਿਆ ਕਿ ਉਹਦਾ ਭਾਂਡਾ ਟੁੱਟ ਗਿਆ ਤੇ ਉਹ ਪਾਣੀ ਗਰਮ ਨਹੀਂ ਕਰ ਸਕਦਾ ਤੇ ਕੱਪੜੇ ਵੀ ਨਹੀਂ ਧੋ ਸਕਦਾ ਹੁਣ ਬੇਟੇ ਨੇ ਫਿਰ ਬਰਤਨ ਵੱਲ ਦੇਖਿਆ ਤੇ ਕਿਹਾ ਕਿ ਇਹ ਬਰਤਨ ਤੁਸੀਂ ਲੈ ਲਓ ਤੇ ਕੱਪੜਾ ਕੰਮ ਚਲਾਓ ਤੋਂ ਵੀ ਉਹ ਭਾਂਡਾ ਲੈ ਕੇ ਬੜਾਈ ਖੁਸ਼ ਹੋਇਆ ਤੇ ਉਸਨੇ ਉਹਨੂੰ ਇੱਕ ਸੋਹਣਾ ਜਿਹਾ ਕੋਟ ਦੇ ਦਿੱਤਾ ਕਿ ਬੇਟਾ ਤੂੰ ਇਹ ਪਾ ਲੈ ਉਹ ਕੋਟ ਪਾ ਕੇ ਖੇਤਾਂ ਵਿੱਚ ਫਿਰ ਜਾਣ ਲੱਗਾ ਥੋੜੀ ਦੂਰ ਹੀ ਗਿਆ ਸੀ ਇੱਕ ਨੰਗਾ ਵਿਅਕਤੀ ਉਹਨੂੰ ਮਿਲਿਆ ਘੋੜੇ ਦੇ ਕੋਲ ਬੈਠਾ ਹੋਇਆ ਤੇ ਠੰਡ ਵਿੱਚ ਠਰਰ ਠਰਰ ਕਰੀ ਜਾ ਰਿਹਾ ਬਹੁਤ ਹੀ ਠੰਡ ਲੱਗ ਰਹੀ। بیٹے ਨੇ ਉਹਨੂੰ ਪੁੱਛਿਆ ਕਿ ਉਹ ਕੱਪੜੇ ਕਿਉਂ ਨਹੀਂ ਪਾ ਰਿਹਾ? ਕਿਉਂਕਿ ਬੜਾ ਹੈਰਾਨ ਹੋਇਆ ਕਿ ਕੋੜਾ ਵੀ ਉਹਦੇ ਕੋਲ ਆ ਤੇ ਕੱਪੜੇ ਕਿਉਂ ਨਹੀਂ ਪਾ ਰਿਹਾ ਉਹ। ਤਾਂ ਉਸ ਵਿਅਕਤੀ ਨੇ ਉਹਨੂੰ ਕਿਹਾ ਕਿ ਕੋਈ ਜਣਾ ਉਹਨੂੰ ਉਹਦੇ ਕੱਪੜੇ ਸਾਰੇ ਚੋਰੀ ਕਰਕੇ ਲੈ ਗਿਆ ਹੈ। ਉਹਦੇ ਕੋਲ ਹੁਣ ਕੋਈ ਕੱਪੜੇ ਨਹੀਂ ਬਚੇ। بیٹے ਨੇ ਫਿਰ ਆਪਣਾ ਕੋਟ ਉਤਾਰਿਆ ਤੇ ਉਸਨੂੰ ਦੇ ਦਿੱਤਾ। ਉਹ ਬਿਨਾ ਕੱਪੜੇ ਵਾਲੇ ਵਿਅਕਤੀ ਨੇ بیٹے ਨੂੰ ਆਪਣਾ ਘੋੜਾ ਤੋਹਫੇ ਵਜੋਂ ਦੇ ਦਿੱਤਾ ਤੇ ਕਿਹਾ ਤੂੰ ਆਪਣੇ ਘਰ ਲੈ ਜਾ ਤੂੰ ਬਹੁਤ ਹੀ ਮੇਰੇ ਲਈ ਭਲੇ ਦਾ ਕੰਮ ਕੀਤਾ ਹੈ ਹੁਣ ਬੇਟਾ ਉਹ ਆਪਣੇ ਖੇਤਾਂ ਵੱਲ ਫੇਰ ਤੁਰਨ ਲੱਗ ਗਿਆ ਅਜੇ ਥੋੜੀ ਹੀ ਦੂਰ ਪਹੁੰਚਿਆ ਸੀ ਤਾਂ ਉਸ ਨੇ ਫੇਰ ਦੇਖਿਆ ਕਿ ਇੱਕ ਵਿਆਹ ਦੀ ਪਾਰਟੀ ਚੱਲ ਰਹੀ ਹੈ ਪਰ ਲੋਕ ਜਿੰਨੇ ਵੀ ਬੈਠੇ ਸੀ ਨਾ ਬਹੁਤ ਹੀ ਉਦਾਸ ਬਹੁਤ ਹੀ ਉਦਾਸ ਲੱਗ ਰਹੇ ਸੀ ਤੇ ਬੈਂਡ ਵਜਾਉਣ ਵਾਲੇ ਵੀ ਮਿਜਿਸ਼ੀਅਨ ਜਿਹੜੇ ਸੀ ਉਹ ਵੀ ਬੜੇ ਉਦਾਸ ਇੱਕ ਪਾਸੇ ਬੈਠੇ ਸੀ ਸੜਕ ਦੇ ਕੰਢੇ ਤਾਂ ਬੇਟੇ ਨੇ ਬਰਾਇਡ ਗਰੂਮ ਦਾ ਜਿਹੜਾ ਜਿਹਦਾ ਵਿਆਹ ਸੀ ਨਾ ਬੱਚੇ ਦਾ ਉਹਦੇ ਪਿਤਾ ਨੂੰ ਪੁੱਛਿਆ ਕਿ ਉਹ ਸਾਰੇ ਇਸ ਵਿਆਹ ਦੀ ਪਾਰਟੀ ਵਿੱਚ ਉਦਾਸ ਕਿਉਂ ਬੈਠੇ ਹਨ ਵਿਆਹ ਵਿੱਚ ਤਾਂ ਖੂਬ ਭੰਗੜਾ ਵਗੈਰਾ ਪੈਂਦਾ ਹੈ ਖੂਬ ਨੱਚਦੇ ਟੱਪਦੇ ਹਨ ਪਰ ਤੁਸੀਂ ਸਾਰੇ ਉਦਾਸ ਕਿਉਂ ਹੋ ਤਾਂ ਬਰਾਇਡ ਗਰੂਮ ਦੇ ਪਿਤਾ ਨੇ ਕਿਹਾ ਕਿ ਅਸੀਂ ਇੱਕ ਵਿਅਕਤੀ ਦੀ ਉਡੀਕ ਕਰ ਰਹੇ ਹਾਂ ਜੋ ਕਿ ਬਰਾਇਡ ਗਰੂਮ ਲਈ ਘੋੜਾ ਲੈ ਕੇ ਆ ਰਿਹਾ ਹੈ ਪਰ ਉਹ ਬਹੁਤ ਹੀ ਲੇਟ ਹੋ ਰਿਹਾ ਹੈ ਤੇ ਬਰਾਇਡ ਗਰੂਮ ਨੇ ਘੋੜੇ ਤੇ ਚੜ੍ਹ ਕੇ ਇੰਡੀਅਨ ਕਲਚਰ ਦੇ ਰਿਵਾਜ ਅਨੁਸਾਰ ਕੁੜੀ ਵਾਲਿਆਂ ਦੇ ਘਰ ਜਾੜਾ ਹੁੰਦਾ ਹੈ ਤੇ ਉਹ ਹੁਣ ਬਹੁਤ ਹੀ ਲੇਟ ਹੋ ਰਹੇ ਹਨ ਤੇ ਵਿਆਹ ਵੀ ਲੇਟ ਹੋ ਰਿਹਾ ਹੈ ਬੇਟੇ ਨੇ ਫਿਰ ਘੋੜੇ ਵੱਲ ਦੇਖਿਆ ਤੇ ਆਪਣਾ ਘੋੜਾ ਜੋ ਬਿਨਾਂ ਕੱਪੜੇ ਪਹਿਨੇ ਹੋਏ ਵਿਅਕਤੀ ਨੇ ਦਿੱਤਾ ਸੀ ਨਾ ਉਹ ਬਰਾਇਡ ਕਰੂਮ ਦੇ ਪਿਤਾ ਨੂੰ ਦੇ ਦਿੱਤਾ ਤੇ ਉਸ ਦੇ ਪਿਤਾ ਨੇ ਬਹੁਤ ਖੁਸ਼ ਹੋਇਆ ਤੇ ਜਿਹੜੇ ਬੈਂਡ ਵਾਲੇ ਮਜਿਸਟ੍ਰੀਨ ਸੀ ਉਹ ਵੀ ਬੜੇ ਖੁਸ਼ ਹੋਏ ਕਿ ਚਲੋ ਉਹਨਾਂ ਦਾ ਵੀ ਕੰਮ ਜਲਦੀ ਖਤਮ ਹੋਏ ਜਾਏਗਾ ਤੇ ਉਹਨਾਂ ਦੇ ਜਿਹੜੇ ਬੈਂਡ ਵਾਲੇ ਮਿਊਜ਼ੀਸ਼ੀਅਨਸ ਜਿਹੜੇ ਸੀ ਉਹਨਾਂ ਦਾ ਇੱਕ ਸੀਗਾ ਵੱਡਾ ਮੈਨੇਜਰ ਉਹਨੇ ਉਹਨੂੰ ਇੱਕ ਡਰਮ ਦੇ ਦਿੱਤਾ ਬੱਚੇ ਨੂੰ ਤੇ ਉਹ ਤਾਂ ਡਰਮ ਲੈ ਕੇ ਉਹ ਬਹੁਤ ਹੀ ਖੁਸ਼ ਹੋਇਆ ਹੁਣ ਉਹ ਖੇਤਾਂ ਵੱਲ ਨਹੀਂ ਜਾ ਰਿਹਾ ਸੀ ਆਪਣੇ ਘਰ ਵੱਲ ਤੇਜ਼ ਤੇਜ਼ ਖੁਸ਼ੀ-ਖੁਸ਼ੀ ਤੁਰ ਕੇ ਜਾਣ ਲੱਗਾ ਉਹ ਚਾਹੁੰਦਾ ਸੀ ਕਿ ਜਲਦੀ ਹੀ ਉਹ ਆਪਣੀ ਮਾਂ ਨੂੰ ਇਹ ਡਰਮ ਦਿਖਾਵੇ ਤੇ ਉਸਨੂੰ ਦੱਸੇ ਕਿ ਉਹ ਜਿਹੜਾ ਅਜਨਬੀ ਵਿਅਕਤੀ ਜੀ ਨੇ ਸੋਟੀ ਦਿੱਤੀ ਸੀ ਨਾ ਉਹ ਬਹੁਤ ਸੱਚ ਸੀ ਉਹ ਤਾਂ ਬਹੁਤ ਹੀ ਉਹਨੇ ਸੱਚ ਕਿਹਾ ਸੀ ਕਿ ਉਹ ਲੱਕੜ ਦੀ ਸੁੱਟੀ ਵਿੱਚ ਕੁਝ ਜਾਦੂਈ ਸ਼ਕਤੀ ਹੈ ਇਸੇ ਕਰਕੇ ਉਸ ਦੀ ਮਨਪਸੰਦ ਚੀਜ਼ ਉਹਨੂੰ ਮਿਲ ਗਈ ਹੈ ਜੋ ਕਿ ਹਰ ਚੰਗਾ ਕੰਮ ਕਰਨ ਤੋਂ ਬਾਅਦ ਹੀ ਮਿਲੇ ਹੈ ਤੇ ਡਰਾਮ ਉਸ ਦੀ ਮਾਂ ਨੇ ਦੇਖਿਆ ਬੇਟੇ ਨੂੰ ਖੁਸ਼ ਦੇਖ ਕੇ ਉਹ ਵੀ ਬਹੁਤ ਖੁਸ਼ ਹੋਈ ਸੋ ਬੱਚਿਓ ਜਿਹੜਾ ਵੀ ਵਿਅਕਤੀ ਕੋਈ ਵੀ ਚੰਗਾ ਕੰਮ ਕਰਦਾ ਹੈ ਉਸ ਦਾ ਹਮੇਸ਼ਾ ਹੀ ਚੰਗਾ ਹੀ ਹੁੰਦਾ ਹੈ ਚਲੋ ਫਿਰ ਇੱਕ ਹੋਰ ਕਹਾਣੀ ਲੈ ਕੇ ਮਿਲਾਂਗੇ